थाना भिखी विंड के अधीन आउंदे पिंड पऊ विंड के रहण वाले मनदीप सिंह मनू पुत्र सुखदेव सिंह के परिवारक मैंबरां ने पिंड के ही व्यक्ति उपर गलत हरकतां करन अते गुंडागर्दी का नंगा नाच करन के कथित तौर पर दोष लगाए हन। मनदीप सिंह मनू के परिवारक मैंबरां ने जानकारी देंदिया दसिया कि 21 अगस्त नूं रात 9:30 बजे के करीब गुरलाल सिंह पुत्र जसवंत सिंह उन्हां दे घर कंध टप के आया अते उन्हां दी मामी नाल गलत हरकतां कर लगा, जिस दौरान मनदीप सिंह मनू पुत्र सुखदेव सिंह ने उसनूं रोकण दी कोशिश कीती, जिस तों बाद उसने कुछ व्यक्ति लियाण के साडे घर विच हमला कर दिता अते साडे परिवारक मैंबरां नूं सट्टां वी लगाईआं। उन्हां कहा कि जदों गुरलाल सिंह साडे घर अणपछाते व्यक्तियों नूं नाल लै के साडे सट्टां मारन आया तां बचाव समय गुरलाल सिंह दे वी सट लगी, जिस संबंधी साडे उपर मामला दर्ज किया गया है। उन्हां मंग कीती कि दर्ज किया गया मामला रद्द करके सानूं इंसाफ दवाया जावे। की कहना है इस संबंधी गुरलाल सिंह अते तफदीशी अफसर SI बलबीर सिंह दा, ਤੁਸੀਂ ਵੀ ਦੇਖੋ। ਗੱਲ ਇੱਦਾਂ ਹੋਈ ਕਿ ਮਾਮੀ ਮੇਰੇ ਠੀਕ ਨਹੀਂ ਸੀ ਅਤੇ ਉਹਨਾਂ ਨੇ ਦਵਾਈ ਵਾਸਤੇ ਡਾਕਟਰ ਬਲਵਿੰਦਰ ਨੂੰ ਬੁਲਾਇਆ ਸੀ ਅਤੇ ਉਹਨਾਂ ਦੇ ਨਾਲ ਗੁਰਲਾਲ ਆਇਆ ਅਤੇ ਉਹਨਾਂ ਨੇ ਕੰਧ ਟੱਪ ਕੇ ਮਾਮੀ ਦੇ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਅਤੇ ਇੰਨੇ ਨੂੰ ਜਿੰਨਾ ਟਾਈਮ ਨੂੰ ਮੇਰੇ ਵੀਰ ਨੂੰ ਪਤਾ ਲੱਗਾ ਅਤੇ ਉਹਨਾਂ ਨੇ ਜਾ ਕੇ ਮਤਲਬ ਬਚਾਉਣ ਦੀ ਕੋਸ਼ਿਸ਼ ਕੀਤੀ ਅਤੇ ਉਹਨਾਂ ਨੇ ਅੱਗੋਂ ਗੁਰਲਾਲ ਵੀਰੇ ਨੇ ਆਪਣੇ ਬੰਦੇ ਬੁਲਾ ਕੇ ਮੇਰੇ ਵੀਰੇ ਨੂੰ ਸੱਟਾਂ ਲਾਈਆਂ ਅਤੇ ਨਾਲ ਸਾਡੇ ਘਰ ਦੇ ਉੱਤੇ ਵੀ ਭੰਨ ਤੋੜ ਕੀਤੀ। ਬਾਅਦ ਵਿੱਚ ਉਹਨਾਂ ਨੇ ਫਿਰ ਸਾਡੇ ਮਾਵਾਂ ਧੀਆਂ 'ਤੇ ਵੀ ਮਾਰਨ ਦੀ ਸਾਨੂੰ ਕੋਸ਼ਿਸ਼ ਕੀਤੀ। 7-8 ਜਾਣੇ ਹੁਣੇ ਸੀ ਅਤੇ ਟਾਈਮ ਕੋਈ 11 ਦੇ ਟਾਈਮ ਸੀ। 2 ਵਜੇ ਤੱਕ ਮਤਲਬ ਮੁੰਡੇ ਆਉਂਦੇ ਰਹੇ, ਫਿਰ ਉਹ ਮਤਲਬ ਮਾਰਦੇ ਰਹੇ ਘਰ ਨੂੰ ਟੀ ਮਾਂ ਜੋ ਵੀ ਉਹਨਾਂ ਦੇ ਹੱਥ ਵਿੱਚ ਹੁੰਦਾ ਰਿਹਾ ਸੀ ਅਤੇ 2 ਵਜੇ ਤੱਕ ਮਤਲਬ ਇੱਦਾਂ ਹੀ ਕਰਦੇ ਰਹੇ। ਹਥਿਆਰ ਉਹਨਾਂ ਦੇ ਕੋਲ ਦਾਤਰ ਤਲਵਾਰਾਂ ਅਤੇ ਹੋਰ ਵੀ ਪਤਾ ਨਹੀਂ ਕੀ ਕੁਛ ਸੀ। ਮੰਗ ਅਸੀਂ ਇਹ ਕਰਦੇ ਹਾਂ ਕਿ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ। ਕੀ ਨਾਂ ਜੀ ਵੀਰ ਜੀ? ਜਸਵਿੰਦਰ ਸਿੰਘ। ਪਿੰਡ ਕਿਹੜਾ ਜੀ? ਪਿੰਡ ਖਾੜਾ। ਅਤੇ ਕੀ ਗੱਲ ਹੋਈ ਜਿਹੜਾ ਝਗੜਾ ਹੋਇਆ ਜੀ? ਗੱਲ ਮੇਰੀ ਭਰਜਾਈ ਜੀ ਇੱਥੇ ਪਹੁਗੜ ਸਾਹਿਬ ਰਹਿੰਦੀ ਸੀ ਅਤੇ ਉਹ ਠੀਕ ਨਹੀਂ ਸੀ ਅਤੇ ਉਹਨੇ ਡਾਕਟਰ ਸੱਦਿਆ ਅਤੇ ਡਾਕਟਰ ਦੇ ਨਾਲ ਆ ਗਿਆ ਗੁਰਲਾਲ ਸਿੰਘ ਅਤੇ ਗੁਰਲਾਲ ਸਿੰਘ ਨੇ ਕੋਈ ਗਲਤ ਹਰਕਤ ਕੀਤੀ ਸੀ ਅਤੇ ਜਿਸਦੇ ਵਿਰੋਧ ਦੇ ਵਿੱਚ ਮੇਰਾ ਭਣੇਵਾ ਮਨਦੀਪ ਸਿੰਘ ਨੇ ਪੁੱਛਿਆ ਉਹਨੂੰ ਅਤੇ ਇਹ ਦੋਵੇਂ ਆਪਸ 'ਚ ਮਾੜਾ ਮੋੜਾ ਗਾਲੀ ਗਲੋਚ ਹੋਏ ਆ ਅਤੇ ਬਾਅਦ 'ਚ ਛੋਟਾ ਛੋਟਾ ਹੋ ਗਏ ਅਤੇ ਚੱਲ ਗਏ ਆ ਗੁਰਲਾਲ ਸਿੰਘ ਹੁਣੇ ਅਤੇ ਥੋੜ੍ਹੇ ਚਿਰ ਬਾਅਦ ਕੋਈ 5-7 ਬੰਦੇ ਲੈ ਗਏ, ਕੋਈ 8-10 ਜਣੇ ਹੋਣੇ ਮੈਨੂੰ ਯਾਦ ਨਹੀਂ, ਇਹ ਦਾਤਰ ਉੱਤਰ ਲੈ ਗਏ ਤਲਵਾਰਾਂ ਲੈ ਗਏ ਅਤੇ ਆ ਗਏ ਇਹਨਾਂ ਨੇ ਘਰ 'ਤੇ ਹਮਲਾ ਕਰਤਾ ਹੈ ਅਤੇ ਭੰਨ ਤੋੜ ਕਰਤੀ, ਇੱਟਾਂ ਰੋੜੇ ਚਲਾਏ ਆ, ਸਾਡੇ ਹੀ ਬੰਦਿਆਂ ਨੂੰ ਸੱਟਾਂ ਲਾਈਆਂ ਅਤੇ ਸਾਡੇ ਬੰਦਿਆਂ 'ਤੇ ਕਾਰਵਾਈ ਜਿਹੜੀ ਇਹਨਾਂ ਦਰਖਾਸਤ 'ਤੇ ਵੀ ਕਾਰਵਾਈ ਕੀਤੀ ਸ਼ੁਰੂ ਕਰਵਾਈ ਆ। ਇਹੋ ਮੰਗ ਕਰਦੇ ਹਾਂ ਵੀ ਇਹਨਾਂ ਨੂੰ ਸਜ਼ਾ ਦਿੱਤੀ ਜਾਵੇ, ਸਲਾਖਾਂ ਦੇ ਅੰਦਰ ਇਹਨਾਂ ਨੂੰ ਸੁੱਟਿਆ ਜਾਵੇ, ਇਹਨਾਂ ਨੇ ਗੁੰਡਾਗਰਦੀ ਕੀਤੀ ਆ ਅਤੇ ਨਜਾਇਜ਼ ਕੀਤਾ, ਇਹਨਾਂ ਨੇ ਧੱਕਾ ਕਰਦੇ ਹੈ ਅਤੇ ਇਹਨਾਂ ਨੂੰ ਸਜ਼ਾ ਮਿਲਦੀ ਦਵਾਈ ਜਾਵੇ। ਉਸ ਤੋਂ ਇਹ ਮੰਗ ਕਰਦੇ ਹਾਂ ਵੀ ਇਹਨਾਂ ਨੂੰ ਸਜ਼ਾ ਦਵਾਈ ਜਾਵੇ। ਗੱਲ ਇੱਦਾਂ ਹੋਈ ਕਿ ਮਾਮੀ ਮੇਰੇ ਠੀਕ ਨਹੀਂ ਸੀ ਅਤੇ ਉਹਨਾਂ ਨੇ ਦਵਾਈ ਵਾਸਤੇ ਡਾਕਟਰ ਬਲਵਿੰਦਰ ਨੂੰ ਬੁਲਾਇਆ ਸੀ ਅਤੇ ਉਹਨਾਂ ਦੇ ਨਾਲ ਗੁਰਲਾਲ ਆਇਆ ਅਤੇ ਉਹਨਾਂ ਨੇ ਕੰਧ ਟੱਪ ਕੇ ਮਾਮੀ ਦੇ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਅਤੇ ਇੰਨੇ ਨੂੰ ਜਿੰਨਾ ਟਾਈਮ ਨੂੰ ਮੇਰੇ ਵੀਰ ਨੂੰ ਪਤਾ ਲੱਗਾ ਅਤੇ ਉਹਨਾਂ ਨੇ ਜਾ ਕੇ ਮਤਲਬ ਬਚਾਉਣ ਦੀ ਕੋਸ਼ਿਸ਼ ਕੀਤੀ ਅਤੇ ਉਹਨਾਂ ਨੇ ਅੱਗੋਂ ਗੁਰਲਾਲ ਵੀਰੇ ਨੇ ਆਪਣੇ ਬੰਦੇ ਬੁਲਾ ਕੇ ਮੇਰੇ ਵੀਰੇ ਨੂੰ ਸੱਟਾਂ ਲਾਈਆਂ ਅਤੇ ਨਾਲ ਸਾਡੇ ਘਰ ਦੇ ਉੱਤੇ ਵੀ ਭੰਨ ਤੋੜ ਕੀਤੀ। ਬਾਅਦ ਵਿੱਚ ਉਹਨਾਂ ਨੇ ਫਿਰ ਸਾਡੇ ਮਾਵਾਂ ਧੀਆਂ 'ਤੇ ਵੀ ਮਾਰਨ ਦੀ ਸਾਨੂੰ ਕੋਸ਼ਿਸ਼ ਕੀਤੀ। 7-8 ਜਣੇ ਹੁਣੇ ਸੀ ਅਤੇ ਟਾਈਮ ਕੋਈ 11-12 ਦੇ ਟਾਈਮ ਸੀ। 2 ਵਜੇ ਤੱਕ ਮਤਲਬ ਮੁੰਡੇ ਆਉਂਦੇ ਰਹੇ, ਫਿਰ ਉਹ ਮਤਲਬ ਮਾਰਦੇ ਰਹੇ ਘਰ ਨੂੰ ਟੀ ਮਾਂ ਜੋ ਵੀ ਉਹਨਾਂ ਦੇ ਹੱਥ ਵਿੱਚ ਹੁੰਦਾ ਰਿਹਾ ਸੀ ਅਤੇ 2 ਵਜੇ ਤੱਕ ਮਤਲਬ ਇੱਦਾਂ ਹੀ ਕਰਦੇ ਰਹੇ। ਹਥਿਆਰ ਉਹਨਾਂ ਦੇ ਕੋਲ ਦਾਤਰ ਤਲਵਾਰਾਂ ਅਤੇ ਹੋਰ ਵੀ ਪਤਾ ਨਹੀਂ ਕੀ ਕੁਛ ਸੀ। ਮੰਗ ਅਸੀਂ ਇਹ ਕਰਦੇ ਹਾਂ ਕਿ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ। ਕੀ ਨਾਂ ਜੀ ਵੀਰ ਜੀ? ਜਸਵਿੰਦਰ ਸਿੰਘ। ਪਿੰਡ ਕਿਹੜਾ ਜੀ? ਪਿੰਡ ਖਾੜਾ। ਅਤੇ ਕੀ ਗੱਲ ਹੋਈ ਜਿਹੜਾ ਝਗੜਾ ਹੋਇਆ ਜੀ? ਗੱਲ ਮੇਰੀ ਭਰਜਾਈ ਜੀ ਇੱਥੇ ਪਹੁਗੜ ਸਾਹਿਬ ਰਹਿੰਦੀ ਸੀ ਅਤੇ ਉਹ ਠੀਕ ਨਹੀਂ ਸੀ ਅਤੇ ਉਹਨੇ ਡਾਕਟਰ ਸੱਦਿਆ ਅਤੇ ਡਾਕਟਰ ਦੇ ਨਾਲ ਆ ਗਿਆ ਗੁਰਲਾਲ ਸਿੰਘ ਅਤੇ ਗੁਰਲਾਲ ਸਿੰਘ ਨੇ ਕੋਈ ਗਲਤ ਹਰਕਤ ਕੀਤੀ ਸੀ ਅਤੇ ਜਿਸਦੇ ਵਿਰੋਧ ਦੇ ਵਿੱਚ ਮੇਰਾ ਭਣੇਵਾ ਮਨਦੀਪ ਸਿੰਘ ਨੇ ਪੁੱਛਿਆ ਉਹਨੂੰ ਅਤੇ ਇਹ ਦੋਵੇਂ ਆਪਸ 'ਚ ਮਾੜਾ ਮੋੜਾ ਗਾਲੀ ਗਲੋਚ ਹੋਏ ਆ ਅਤੇ ਬਾਅਦ 'ਚ ਛੋਟਾ ਛੋਟਾ ਹੋ ਗਏ ਅਤੇ ਚੱਲ ਗਏ ਆ ਗੁਰਲਾਲ ਸਿੰਘ ਹੁਣੇ ਅਤੇ ਥੋੜ੍ਹੇ ਚਿਰ ਬਾਅਦ ਕੋਈ 5-7 ਬੰਦੇ ਲੈ ਗਏ, ਕੋਈ 8-10 ਹੋਣੇ ਮੈਨੂੰ ਯਾਦ ਨਹੀਂ, ਇਹ ਦਾਤਰ ਉੱਤਰ ਲੈ ਗਏ ਤਲਵਾਰਾਂ ਲੈ ਗਏ ਅਤੇ ਆ ਗਏ ਇਹਨਾਂ ਨੇ ਘਰ 'ਤੇ ਹਮਲਾ ਕਰਤਾ ਹੈ ਅਤੇ ਭੰਨ ਤੋੜ ਕਰਤੀ, ਇੱਟਾਂ ਰੋੜੇ ਚਲਾਏ ਆ, ਸਾਡੇ ਹੀ ਬੰਦਿਆਂ ਨੂੰ ਸੱਟਾਂ ਲਾਈਆਂ
ਤੇ ਸਾਡੇ ਬੰਦਿਆਂ ਦੇ ਕਾਰਵਾਈ ਜਿਹੜੀ ਇਹਨਾਂ ਦਰਖਾਸਤ ਦੇ ਕੇ ਕਾਰਵਾਈ ਕੀਤੀ ਸ਼ੁਰੂ ਕਰਵਾਈ ਆ। ਇਹੋ ਮੰਗ ਕਰਦੇ ਹਾਂ ਵੀ ਇਹਨਾਂ ਨੂੰ ਸਜ਼ਾ ਦਿੱਤੀ ਜਾਵੇ, ਸਲਾਖਾਂ ਦੇ ਅੰਦਰ ਇਹਨਾਂ ਨੂੰ ਸੁੱਟਿਆ ਜਾਵੇ। ਇਹਨਾਂ ਨੇ ਗੁੰਡਾਗਰਦੀ ਕੀਤੀ ਆ ਅਤੇ ਨਜਾਇਜ਼ ਕੀਤਾ, ਇਹਨਾਂ ਨੇ ਧੱਕਾ ਕਰਨ ਦੇ ਅਤੇ ਇਹਨਾਂ ਨੂੰ ਸਜ਼ਾ ਮਿਲਦੀ ਦਵਾਈ ਜਾਵੇ। ਉਸ ਤੋਂ ਇਹ ਮੰਗ ਕਰਦੇ ਹਾਂ ਵੀ ਇਹਨਾਂ ਨੂੰ ਸਜ਼ਾ ਦਵਾਈ ਜਾਵੇ। ਗੁਰਲਾਲ ਸਿੰਘ ਭਾਈ ਪਿੰਡ ਕਿਹੜਾ ਹੈ? ਪਹੂ ਪਿੰਡ ਜੀ। ਇੱਕ ਥੋੜ੍ਹੇ ਦਿਨ ਪਹਿਲਾਂ ਕੋਈ ਝਗੜਾ ਹੋਇਆ, ਉਹਦੇ ਵਿੱਚ ਕਿਸੇ ਦੇ ਘਰ ਤੁਸੀਂ ਜ਼ਖਮੀ ਹਾਲਤ ਦੇ ਵਿੱਚ ਪਏ, ਜੋ ਕੀ ਸੀਗਾ ਉਹ ਸਾਰਾ ਮਸਲਾ? ਭਾਅ ਜੀ, ਮੈਂ ਨਾ ਆਪਣੇ ਤਾਏ ਦੇ ਲੜਕੀ ਨਾਲ ਦਵਾਈ ਦੇਣ ਵਾਸਤੇ ਕਿਸੇ ਦੇ ਘਰ ਗਿਆ, ਜਿਹਦੇ ਘਰ ਗਿਆ ਉਹਦਾ ਨਾਂ ਹੈਗਾ ਕੁਲਵਿੰਦਰ ਕੌਰ ਜੀ। ਅਤੇ ਦਵਾਈ ਦੇਣ ਤੋਂ ਬਾਅਦ ਜਦੋਂ ਮਤਲਬ ਕਿ ਬਾਹਰ ਸੀ ਮੈਂ ਰੁਕਿਆ ਸੀ, ਅਤੇ ਉਹਨਾਂ ਦੇ ਰਿਸ਼ਤੇਦਾਰੀ ਕੋਈ ਮਤਲਬ ਕਿ ਨਾਂ ਹੈਗਾ ਏ ਮੁੰਡੇ ਦਾ ਮਨਦੀਪ ਸਿੰਘ ਮੰਨੂ, ਨਾਂ ਹੈਗਾ ਇੱਕ ਉਹਦਾ ਭਰਾ ਛੋਟਾ ਹੈਗਾ ਏ ਕਾਕਾ ਜੀ, ਇੱਕ ਮੁੰਡਾ ਹੈਗਾ ਸੀ ਨਾਲ ਬਿੱਲਾ ਜੀ। ਇਹਨਾਂ ਨੇ ਚੌਂ ਪੰਜਾਂ ਜਣੇ ਨੇ ਮੇਰੇ ਨਾਲ ਰਲ ਕੇ ਕੋਈ ਦੋ ਤਿੰਨ ਅਣਪਛਾਤੇ ਵਿਅਕਤੀ ਜਿਨ੍ਹਾਂ ਨੇ ਮੇਰੇ ਆ ਕੇ ਸੱਟਾਂ ਲਾ ਦਿੱਤੀਆਂ। ਭਾਅ ਜੀ, ਗੱਡੀ ਲਾਉਣ ਤੋਂ ਪਹਿਲਾਂ ਵੀ ਇੱਕ ਵਾਰੀ ਗੱਲ ਹੋਈ ਸੀ ਵੀ ਕਹਿੰਦੇ ਸੀ ਕਿ ਗੱਡੀ ਤੁਸੀਂ ਇੱਥੇ ਨਾ ਲਾਇਆ ਕਰੋ, ਠੀਕ ਹੈ ਨਾ। ਅਤੇ ਹੁਣ ਉਸ ਦਿਨ ਕੀ ਸੀ ਕਿ ਉਹਨਾਂ ਨੇ ਸਾਡੇ ਪਿੰਡ ਵਿੱਚ ਇੱਕ ਵਿਆਹ ਵੇਖਿਆ ਸੀ ਜਿਹਦੇ ਵਿੱਚ ਕਿ ਉਹ ਸਾਰੇ ਜਣੇ ਨਸ਼ੇ ਦੀ ਹਾਲਤ ਵਿੱਚ ਸੀ। ਅਤੇ ਜਿਹੜਾ ਆਂਟੀ ਨੇ ਮੈਨੂੰ ਫੋਨ ਕੀਤਾ ਹੈ ਮੇਰੇ ਤਾਏ ਦੇ ਲੜਕੇ ਨੂੰ, ਉਹ ਤਾਏ ਦੇ ਲੜਕੇ ਦੀਆਂ ਲੜਕੇ ਕੋਲ ਰਿਕਾਰਡਿੰਗਾਂ ਹੈਗੀਆਂ, ਮੇਰੇ ਕੋਲ CDR ਰਿਪੋਰਟਾਂ ਸਾਰਾ ਕੁਛ ਹੈਗਾ ਮੇਰੇ ਕੋਲ। ਅਤੇ ਹੁਣ ਮਤਲਬ ਕਿ ਹੋਸਪਿਟਲ 'ਚੋਂ ਛੁੱਟੀ ਮਿਲ ਗਈ ਹੈ ਤੁਹਾਨੂੰ? ਹਾਂਜੀ ਸਰ, ਹੋਸਪਿਟਲ ਮੈਨੂੰ ਛੁੱਟੀ ਮਿਲ ਗਈ ਜੀ। ਅਤੇ ਜਿਹੜਾ ਪਰਚਾ ਦਰਜ ਹੋਇਆ ਤੁਹਾਡੇ ਵੱਲੋਂ ਹੀ ਹੋਇਆ? ਹਾਂਜੀ ਸਰ, ਮੇਰੇ ਵੱਲੋਂ ਹੋਇਆ ਜੀ। ਇੱਕ ਕ੍ਰੋਸ ਪਰਚਾ ਉਹਨਾਂ ਵੱਲੋਂ ਵੀ ਹੋਇਆ ਹੈ, ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਸਰ, ਉਹਨਾਂ ਨੇ ਇੱਕ ਮੇਰੇ 'ਤੇ ਝੂਠਾ ਪਰਚਾ ਕਰਵਾਇਆ ਤਾਂ ਕਿ ਫੈਸਲਾ ਕਰ ਲੈਣ, ਠੀਕ ਹੈ ਨਾ। ਅਤੇ ਬਾਕੀ ਉਹ ਸਾਰਿਆਂ ਨੂੰ ਪਤਾ ਹੀ ਆ ਮੇਰੇ ਕੋਲ ਸਾਰੇ ਸਬੂਤ ਹੈਗੇ ਆ ਇਸ ਟਾਈਮ 'ਤੇ, ਵੀ ਉਹਨਾਂ ਕੋਲ ਵੀ ਉਹਨਾਂ ਕੋਲ ਜੋ ਹੈਗਾ ਉਹਨਾਂ ਕੋਲ ਹੈਗਾ, ਮੇਰੇ ਕੋਲ ਸਾਰੇ ਸਬੂਤ ਹੈਗੇ। ਇਹ ਜਿਹੜਾ ਝਗੜਾ ਹੋਇਆ ਸੀਗਾ ਗਲੀ ਦੇ ਵਿੱਚ ਹੋਇਆ ਸੀ ਜਾਂ ਉਹਨਾਂ ਦੇ ਘਰ ਹੋਇਆ ਸੀਗਾ? ਸਰ, ਮੈਂ ਉਹਨਾਂ ਦੇ ਬਾਹਰ ਗੂਹੇ ਵਿੱਚ ਖੜ੍ਹਾ ਸੀ ਅਤੇ ਮੇਰੇ ਤਾਏ ਦਾ ਮੁੰਡਾ ਅੰਦਰ ਦਵਾਈ ਦੇਣ ਵਾਸਤੇ ਗਿਆ ਸੀ। ਮੈਨੂੰ ਪਤਾ ਹੀ ਉਦੋਂ ਲੱਗਾ ਕਿ ਜਦੋਂ ਮੇਰੇ ਆ ਕੇ 4-5 ਜਣੇ ਆ ਕੇ ਗੱਲ ਪੈ ਗਈ। ਅੱਛਾ ਗੁਰਲਾਲ ਜੀ, ਜਦੋਂ ਤੁਸੀਂ ਜ਼ਖਮੀ ਹੋ ਜਾਂਦੇ, ਜੋ ਵੀਡੀਓ ਇੱਕ ਵੇਖਣ ਦੇ ਵਿੱਚ ਮਿਲਦੀ ਆ ਵੀ ਤੁਸੀਂ ਉਹਨਾਂ ਦੇ ਘਰੇ ਜ਼ਖਮੀ ਹਾਲਤ 'ਚ ਪਏ, ਜੋ ਤੁਸੀਂ ਉਹਨਾਂ ਦੇ ਘਰੇ ਸੀਗੇ? ਨਹੀਂ ਸਰ, ਜਿਹੜਾ ਸਾਡਾ ਝਗੜਾ ਹੋਇਆ ਸੀ ਮੈਂ ਇਕੱਲਾ ਹੀ ਉਸ ਟਾਈਮ 'ਤੇ, ਇਹ 5 ਜਣੇ ਮੇਰੀ ਗੱਲ ਪੈ ਗਈ। ਸਰ, ਝਗੜਾ ਬਾਹਰ ਉਹਨਾਂ ਦੇ ਬੂਹੇ ਵਿੱਚ ਹੋਇਆ ਸੀ, ਪਰ ਬਾਅਦ ਵਿੱਚ ਨਹੀਂ ਮੈਨੂੰ ਪਤਾ ਲੱਗਾ ਕਿ ਕਿਹੜੇ ਟਾਈਮ ਮੈਂ ਉਹਨਾਂ ਦੇ ਘਰੇ ਚਲ ਗਿਆ। ਹੁਣ ਇਹਦੇ ਵਿੱਚ ਡਿਫਰੈਂਸ ਹੈ ਇੱਕ ਚੀਜ਼ ਦੇ ਵਿੱਚ ਵੀ, ਜਿਹੜੀ ਤੁਹਾਡੇ ਵੱਲੋਂ FIR ਦਰਜ ਹੋਈ ਆ ਉਹਦੇ ਵਿੱਚ ਲਿਖਿਆ ਗਿਆ ਹੈ ਵੀ ਝਗੜਾ ਗਲੀ ਦੇ ਵਿੱਚ ਹੋਇਆ ਹੈ, ਜਿਹੜੀ ਕ੍ਰੋਸ ਪਰਚਾ ਉਹਨਾਂ ਵੱਲੋਂ ਹੋਇਆ ਨਾ ਉਹਦੇ ਵਿੱਚ ਲਿਖਿਆ ਗਿਆ ਵੀ ਇਹ ਸਾਡੇ ਘਰ ਆ ਕੇ ਪਿਆ ਹੈ। ਹੁਣ ਇਹਨਾਂ ਦੋ ਚੀਜ਼ਾਂ ਦੇ ਵਿੱਚ ਅੰਤਰ ਆ, ਇਹ ਤਾਂ ਹੁਣ ਸੱਚਾਈ ਤੁਹਾਨੂੰ ਪਤਾ ਵੀ ਕੀ ਆ। ਤੁਸੀਂ ਉਹਨਾਂ ਦੇ ਘਰੇ ਗਏ ਸੀਗੇ ਕਿ ਜਾਂ ਬਾਹਰ ਹੀ ਸੀਗੇ? ਸਰ, ਜੇ ਮੈਂ ਉਹਨਾਂ ਦੇ ਘਰੇ ਜਾ ਕੇ ਗੱਲ ਪੈਣਾ ਸੀ ਤਾਂ ਮੈਂ ਇਕੱਲੇ ਥੋੜ੍ਹਾ ਜਾਣਾ ਸੀ, ਮੇਰੇ 76 ਟੈਂਕੀ ਸਿਰ ਵਿੱਚ ਲੱਗੀ ਹੈ, ਮੇਰੇ ਸਿਰ ਦੀ ਅੱਧੀ ਖੋਪੜੀ ਨਹੀਂ ਹੈਗੀ ਸਿਰ ਵਿੱਚ, ਠੀਕ ਹੈ ਨਾ। ਫਿਰ ਮੈਂ ਇੰਨੀਆਂ ਸੱਟਾਂ ਥੋੜ੍ਹੀਆਂ ਖਾਣੀਆਂ ਉਹਨਾਂ ਕੋਲੋਂ, ਉਹ 4-5 ਜਾਣੀ ਮੇਰੀ ਗੱਲ ਪਏ ਆ ਕੇ। ਇਹ ਕਿੰਨੇ ਕੁ ਵਜੇ ਦੀ ਵੀਰ ਜੀ ਗੱਲ ਸੀ ਜਦੋਂ ਦਵਾਈ ਦੇਣ ਗਏ? ਇਹ ਭਾਅ ਜੀ ਕਰੀਬ 9:15 ਦੀ ਗੱਲ ਹੀ ਰਾਤ। ਕੀ ਮੰਗ ਕਰਦੇ ਜੋ? ਭਾਅ ਜੀ, ਮੈਂ ਇਨਸਾਫ ਚਾਹੁੰਦਾ, ਕੁਛ ਨਹੀਂ ਸਰ ਮੈਨੂੰ ਚਾਹੀਦਾ। ਸਰ, ਕੁਝ ਮਹੀਨੇ ਪਹਿਲਾਂ ਇੱਕ ਪਾਊਮੈਂਟ ਦੇ ਵਿੱਚ ਲੜਾਈ ਹੋਈ ਸੀਗੀ ਗੁਰਲਾਲ ਸਿੰਘ ਪੁੱਤਰ ਜਸਵੰਤ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਇੱਕ ਮਨਦੀਪ ਸਿੰਘ ਅਤੇ ਉਹਦੇ ਪਰਿਵਾਰਕ ਮੈਂਬਰਾਂ 'ਤੇ 307 ਦਾ ਮਾਮਲਾ ਦਰਜ ਕੀਤਾ ਗਿਆ ਸੀਗਾ। ਕੀ ਮਾਮਲਾ ਹੈ ਸਰ? ਉਹ ਮਾਮਲਾ ਝਗੜਾ ਹੋਇਆ ਸੀ ਇਹਨਾਂ ਦੋਵਾਂ ਧਿਰਾਂ ਦਾ ਜੀ, ਗੁਰਲਾਲ ਸਿੰਘ ਦੇ ਬਿਆਨ 'ਤੇ ਕੀਤਾ ਪਰਚਾ ਦਰਜ ਹੋਇਆ। ਇਹ ਝਗੜਾ ਜਿਹੜਾ ਸੀਗਾ ਸਰ ਕਿੱਥੇ ਹੋਇਆ ਸੀਗਾ? ਇਹ ਝਗੜਾ ਜਿਹੜਾ ਗੁਰਲਾਲ ਸਿੰਘ 'ਤੇ ਦੱਸਦਾ ਵਾ ਵੀ ਮੈਨੂੰ ਗਲੀ ਦੇ ਵਿੱਚ ਕੁੱਟਮਾਰ ਕੀਤੀ ਹੈ, ਉਹਨਾਂ ਦੇ ਘਰ ਲੱਗੇ ਹੋਇਆ। ਇੱਕ ਸਰ ਵੀਡੀਓ ਦੂਜੇ ਪਰਿਵਾਰ ਵੱਲੋਂ ਜਿਨ੍ਹਾਂ 'ਤੇ ਮੁਕੱਦਮਾ ਗੁਰਲਾਲ ਸਿੰਘ ਦੇ ਬਿਆਨਾਂ ਦੇ ਬਿਹਾਰ 'ਤੇ ਦਰਜ ਕੀਤਾ ਗਿਆ ਹੈ, ਉਹਨਾਂ ਦੇ ਪਰਿਵਾਰ ਕੋਲ ਇੱਕ ਵੀਡੀਓ ਜਿਹਦੇ ਵਿੱਚ ਦਿਖਾਈ ਦੇ ਰਿਹਾ ਵੀ ਉਹਨਾਂ ਦੇ ਘਰ ਜ਼ਖਮੀ ਹਾਲਤ ਦੇ ਵਿੱਚ ਪਿਆ ਹੈ, ਅਤੇ ਪਰਿਵਾਰ ਕਹਿ ਰਿਹਾ ਵੀ ਇਹ ਸਾਡੇ ਘਰ ਆਇਆ ਸੀਗਾ ਤਾਂ ਸੈਲਫ ਡਿਫੈਂਸ ਦੇ ਵਿੱਚ ਜਿਹੜੀ ਉਹ ਕਹੀ ਆ ਇਹਨਾਂ ਦੇ ਵੱਜੀ ਆ। ਉਹ ਕ੍ਰਾਸ ਕੇਸ ਉਹ ਵੀ ਹੋਇਆ ਵਾ। ਉਹ ਕਿਹਦੇ ਬਿਆਨਾਂ ਦੇ ਆਧਾਰ 'ਤੇ ਸਰ ਕ੍ਰਾਸ ਹੋਇਆ? ਜਤਿੰਦਰ ਦੇ ਬਿਆਨਾਂ 'ਤੇ ਆ। ਕਿੰਨੇ ਜਾਣਿਆਂ 'ਤੇ ਸਰ ਮੁਕੱਦਮਾ ਹੈ? ਉਹ 5 ਜਣਿਆਂ 'ਤੇ। ਸਰ, ਇਸੇ ਕੇਸ ਦੇ ਬਿਹਾਰ 'ਤੇ ਇੱਕ ਕੀਲਣ ਦੇ ਵਿੱਚ ਧਰਨਾ ਲਗਾਇਆ ਸੀ ਜਿਹੜਾ ਕ੍ਰੋਸ ਪਰਚੇ ਨੂੰ ਰੱਦ ਕਰਾਉਣ ਵਾਸਤੇ, ਅਤੇ ਉਹਦੀ ਤਫਤੀਸ਼ ਵੀ ਸਰ ਤੁਸੀਂ ਕਰ ਰਹੇ ਹੋ, ਕੀ ਤੱਥ ਸਾਹਮਣੇ? ਮੈਂ ਤਾਂ ਜਿਹੜੀ ਤਫਤੀਸ਼ ਕੀਤੀ ਨਾ ਪਰਚੇ ਦੇ ਤੇ ਦੋਵੇਂ ਜੀ, ਹੁਣ ਤਾਂ ਗਾਂਹ ਜਿਹੜੀ ਕੋਈ ਇਨਕੁਆਇਰੀ ਲਾਉਣਗੇ ਜਾਂ ਕੋਈ ਤਫਤੀਸ਼ ਕਰਾਉਣਗੇ, ਕੋਈ ਸੀਨੀਅਰ ਅਫਸਰ ਜੋ ਮਰਜ਼ੀ ਕਰ ਸਕਦੇ ਆ ਵੀ ਕੀ ਉਹਦਾ ਹੈਗਾ ਜਾਂ ਕੀ ਨਹੀਂ ਹੈਗਾ। ਸਰ, ਇਹਦੇ ਵਿੱਚ ਇੱਕ ਆਪਸ਼ਨ ਹੈਗਾ ਕਿਉਂਕਿ ਜਿਹੜਾ ਪਹਿਲਾ ਪਰਿਵਾਰ ਆ ਗੁਰਲਾਲ ਸਿੰਘ ਉਹ ਕਹਿ ਰਿਹਾ ਵੀ ਗਲੀ 'ਚ ਝਗੜਾ ਆਇਆ ਹੈ, ਜਿਹੜਾ ਮਨਦੀਪ ਸਿੰਘ ਦਾ ਪਰਿਵਾਰ ਹੈ ਉਹ ਕਹਿ ਰਿਹਾ ਵੀ ਇਹ ਸਾਡੇ ਘਰ ਆ ਕੇ ਪਿਆ ਹੈ, ਉਹਦੇ ਵਿੱਚ ਕੋਈ ਸਾਹਮਣੇ ਆਇਆ ਵੀ ਕਿੱਥੇ ਅਸਲੀਅਤ ਦੇ ਵਿੱਚ ਲੜਾਈ ਹੋਈ ਹੈ? ਸਭ ਕੁਝ ਸਾਹਮਣੇ, ਲੜਾਈ 2 ਵਾਰੀ ਹੋਈ ਇਹਨਾਂ ਦੀ। ਅੱਛਾ, 2 ਵਾਰੀ ਹੋਈ? ਹਾਂ, ਪਹਿਲਾਂ ਉਹਨਾਂ ਲੜਾਈ ਇਹਨਾਂ ਨੇ ਕੁੱਟਮਾਰ ਕੀਤੀ ਹੈ, ਫਿਰ ਉਹ ਇਹਨਾਂ ਦੇ ਘਰ ਦਾ ਜਾ ਕੇ ਪਏ ਆ। ਠੀਕ ਹੈ।